ਜੋ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਵੀ ਇਸ ਜਿੱਤ ਲਈ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ ਤੇ ਨਾਲ ਹੀ ਹਰੇਕ ਖਿਡਾਰੀ ਦੇ ਲਈ 1-1 ਕਰੋੜ ਰੁਪਏ ਦਾ ਇਨਾਮ ਵੀ ਉਹਨਾਂ ਨੇ ਐਲਾਨਿਆ। ਟੋਕੀਓ ਓਲੰਪਿਕਸ ਤੋਂ ਇੱਕ ਬੇਹੱਦ ਖੁਸ਼ੀ ਵਾਲੀ ਖਬਰ ਆਈ ਹੈ। ਭਾਰਤੀ ਪੁਰਸ਼ ਹਾਕੀ ਟੀਮ ਜਿਹੜੀ ਹੈ ਉਹ ਕਾਂਸਿਆ ਤਗਮਾ ਜਿਹੜਾ ਜਿੱਤਿਆ, ਰਾਣਾ ਸੋਢੀ ਸਾਹਿਬ ਸਾਡੇ ਨਾਲ ਨੇ। ਸੋਢੀ ਸਾਹਿਬ, ਬੜੀ ਖੁਸ਼ੀ ਦੀ ਲਹਿਰ ਹੈ ਹਰ ਇੱਕ ਸੂਬੇ ਦੇ ਵਿੱਚ, ਦੇਸ਼ ਭਰ ਦੇ ਵਿੱਚ, ਜੋ ਇਹ ਕਾਂਸੇ ਪਦਕ ਜਿਹੜਾ ਹਾਕੀ ਟੀਮ ਨੇ ਜਿੱਤਿਆ। ਦੇਖੋ, ਇਹ ਤਾਂ ਇੱਕ ਇਤਿਹਾਸਿਕ ਜਿੱਤ ਹੈ। ਮੈਂ ਤਾਂ ਇਹ ਗੱਲ ਕਹਾਂਗਾ, ਅਸੀਂ ਜਿਹੜਾ ਇਸ ਮੁਕਾਮ 'ਤੇ ਪਹੁੰਚੇ ਹਾਂ 41 ਸਾਲ ਬਾਅਦ, ਮੈਂ ਸਭ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਉਹਨਾਂ ਦੀ ਸ਼ਲਾਘਾ ਕਰਦਾ ਕਿ ਜਿਸ ਹਿੰਮਤ ਦੇ ਨਾਲ, ਜਿਸ ਜਜ਼ਬੇ ਦੇ ਨਾਲ ਉਹਨਾਂ ਨੇ ਉਹ ਖੇਡ ਖੇਡਿਆ, ਉਹ ਇੱਕ ਹਿਸਟੋਰੀਕਲ ਇਹ ਜਿਹੜਾ ਈਵੈਂਟ ਹੈ ਇਹ ਹਮੇਸ਼ਾ ਯਾਦ ਰਹੇਗਾ। ਔਰ ਖਾਸ ਤੌਰ 'ਤੇ ਉਹਦੇ 'ਚ ਪੰਜਾਬੀਆਂ ਦਾ ਬਹੁਤ ਵੱਡਾ ਹਿੱਸਾ, ਪੰਜਾਬੀ ਪਲੇਅਰਸ ਨੇ ਉਹਦੇ 'ਚ ਹਿੱਸਾ ਪਾਇਆ ਬਹੁਤ ਵੱਡਾ। ਤਾਂ ਮੈਨੂੰ ਆਪਣੇ ਸੂਬੇ 'ਤੇ ਵੀ ਮਾਣ ਹੈ ਕਿ ਫਿਰ ਮੇਰੇ ਪੰਜਾਬ ਦੇ ਕਾਫੀ ਬੱਚੇ ਖੇਡੇ ਨੇ ਔਰ ਉਹਨਾਂ ਨੇ ਭਾਰਤ ਦਾ ਝੰਡਾ ਲਹਿਰਾਉਣ ਦੇ ਵਿੱਚ ਬਾਕੀ ਸਾਰੀ ਟੀਮ ਦੀ ਵੀ ਪੂਰੀ ਮਦਦ ਕੀਤੀ ਹੈ। ਪੰਜਾਬ ਦੇ ਜੇਕਰ ਨੌਜਵਾਨਾਂ ਦੀ ਗੱਲ ਕਰੀਏ, ਕਈ ਨੌਜਵਾਨ ਇੱਦਾਂ ਦੇ ਨੇ ਜਿਹੜੇ ਬਿਲਕੁਲ ਜ਼ਮੀਨੀ ਪੱਧਰ ਤੋਂ ਉੱਠੇ ਨੇ, ਉਹਨਾਂ ਦੀ ਮਿਹਨਤ ਜਿਹੜੀ ਅੱਜ ਰੰਗ ਲੈ ਕੇ ਆਈ ਹੈ। ਪੰਜਾਬ ਸਰਕਾਰ ਨੇ ਵੀ ਹੁਣ ਉਹਨਾਂ ਦੀ ਬਾਂਹ ਫੜਨ ਦਾ ਫੈਸਲਾ ਕੀਤਾ। ਦੇਖੋ, ਅਸੀਂ ਕੈਸ਼ ਅਵਾਰਡ ਵਧਾ ਤਾ। ਅੱਗੇ ਟੀਮ ਦਾ ਜਿਹੜਾ ਪੈਸਾ ਹੁੰਦਾ ਸੀਗਾ ਉਹ ਜਿੰਨੇ ਟੀਮ ਮੈਂਬਰ ਖੇਡਦੇ ਸੀਗੇ ਜਾਂ ਉਸ ਪ੍ਰਦੇਸ਼ ਦੇ ਹੁੰਦੇ ਸੀਗੇ ਉਹਨਾਂ 'ਚ ਡਿਵਾਈਡ ਹੋ ਜਾਂਦੇ ਸੀ। ਲੇਕਿਨ ਇਨ ਦਿਸ ਕੇਸ ਅਸੀਂ ਜਿੰਨੇ ਵੀ ਪੰਜਾਬੀ ਖੇਡੇ ਨੇ, ਕਿਉਂਕਿ ਹਰ ਇੱਕ ਸਟੇਟ ਨੇ ਆਪਣਾ ਆਪਣਾ ਇਨਸੈਂਟਿਵ ਦੇਣਾ ਹੈ। ਹਰਿਆਣੇ ਦਾ ਆਪਣਾ ਇਨਸੈਂਟਿਵ ਹੈ, ਮਹਾਰਾਸ਼ਟਰ ਦਾ ਆਪਣਾ ਇਨਸੈਂਟਿਵ ਹੈ, ਪੰਜਾਬ ਦਾ ਆਪਣਾ ਇਨਸੈਂਟਿਵ ਹੈ। ਤਾਂ ਜਿਹੜਾ ਪੰਜਾਬ ਦਾ ਇਨਸੈਂਟਿਵ ਹੈ, ਅਸੀਂ 1 ਕਰੋੜ ਰੁਪਇਆ ਜਿਹੜੇ ਪੰਜਾਬ ਦੇ ਪਲੇਅਰਸ ਖੇਡੇ ਨੇ ਉਹਨਾਂ ਨੂੰ ਅਸੀਂ ਦਿਆਂਗੇ। ਬਹੁਤ ਬਹੁਤ ਧੰਨਵਾਦ ਸਰ। ਸੋ ਰਾਣਾ ਸੋਢੀ ਸਾਹਿਬ, ਜਿਨ੍ਹਾਂ ਨੇ ਆਉਣ ਵਾਲੇ ਜੋ ਪੰਜਾਬ ਸਰਕਾਰ ਵੱਲੋਂ ਪਲੈਨ ਤਿਆਰ ਕੀਤੇ ਜਾ ਰਹੇ ਨੇ ਖਿਡਾਰੀਆਂ ਦੇ ਲਈ, ਉਹ ਸਾਂਝੇ ਕੀਤੇ ਔਰ ਨਾਲ ਹੀ ਜੋ ਜਿੱਤ ਭਾਰਤੀ ਹਾਕੀ ਟੀਮ ਨੂੰ ਮਿਲੀ ਹੈ ਉਸ ਨੂੰ ਲੈ ਕੇ ਵੀ ਖੁਸ਼ੀ ਸਾਂਝੀ ਕੀਤੀ ਔਰ ਪੰਜਾਬ ਦੇ ਜੋ ਖਿਡਾਰੀ ਨੇ ਉਹਨਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਵੱਡੇ ਇਨਾਮ ਦੇਣ ਦੀ ਜਿਹੜੀ ਹੈ ਗੱਲ ਕਹੀ। ਕੈਮਰਾ ਪਰਸਨ ਰਾਮ ਬਹਾਦਰ ਦੇ ਨਾਲ ਜਸਮੀਤ ਸਿੰਘ, PTC ਨਿਊਜ਼ ਦਿੱਲੀ।